ਭਾਈ ਗਰੂਜੀ ਕਹਿੰਦੇ ਹੱਥ ਨਾਲ ਆਪਣੇ ਥੂਕੋੜੀ ਉਹ ਗੱਲ ਅੱਜ ਕੱਲ ਦੇ ਰੀਅਲਟੇਰਸ ਤੇ ਇਨਵੈਸਟਰ ਦੀ ਹੋਈ ਹੋਈ ਆ ਜਿਹੜਾ ਪੈਰਾਡਾਈਸ ਦਾ ਪ੍ਰੋਟੈਸਟ ਚੱਲਣ ਲੱਗਿਆ ਹੋਇਆ ਉਹ ਸਾਰਿਆਂ ਨੇ ਦੇਖਿਆ ਹੀ ਆ ਪ੍ਰੋਟੈਸਟ ਬੀਸੀ ਦੇ ਵਿੱਚ ਵੀ ਹੋਏ ਸੀ ਉਹਦੇ ਵਿੱਚ ਵੀ ਜ਼ਿਆਦਾ ਇਨਵੈਸਟਰਸ ਐਂਡ ਰੀਅਲਟੇਰਸ ਸੀਗੇ ਜੀ ਤੇ ਰੀਜ਼ਨ ਕਿਹਾ ਜਾਂਦਾ ਸਟਾਪ ਬਿਲਡਰ ਗਰੀਡ ਇਹਨਾਂ ਇਨਵੈਸਟਰਸ ਨੂੰ ਤੇ ਰੀਅਲਟੇਰਸ ਨੂੰ ਇਹ ਵੀ ਪੁੱਛਣਾ ਚਾਹੀਦਾ ਵੀ ਜਦੋਂ 8-8 ਤੇ 10-10 ਘਰ ਬੁੱਕ ਕਰਾਏ ਸੀਗੇ ਉਦੋਂ ਕੀ ਸੋਚ ਕੇ ਕਰਾਇਏ ਸੀਗੇ ਉਹਦੇ ਇਕਨੋਮਿਕਸ ਸਮਝ ਨਹੀਂ ਆਉਂਦੀ ਸੀ ਜੇ ਇੰਟਰਸਟ ਰੇਟ ਡਾਊਨ ਗਿਆ ਤੇ ਉੱਪਰ ਵੀ ਜਾ ਸਕਦਾ ਹੈ ਪ੍ਰਾਈਸ ਜੰਨੀਆਂ ਹਾਈ ਹੋਈਆਂ ਹੋਈਆਂ ਫਾਈਨੈਂਸ਼ੀਅਲ ਸਿਸਟਮ ਕਿੱਦਾਂ ਵਰਕ ਕਰਦਾ ਵਾ ਤੇ ਅਸਲ ਦੇ ਵਿੱਚ ਇਨਵੈਸਟਮੈਂਟਸ ਦੀ ਸਟ੍ਰੈਟੇਜੀਸ ਕਿੱਦਾਂ ਵਰਕ ਕਰਦੀਆਂ ਨੇ ਜੇ ਤੁਸੀਂ ਰਿਸਕ ਲਿਆ ਵਾ ਤੇ ਰਿਸਕ ਦੇ ਜਿਹੜੇ ਨਤੀਜੇ ਨੇ ਉਹ ਵੀ ਭੁਗਤਣੇ ਹੁਣ ਚਾਹੀਦੇ ਨੇ ਆਪਾਂ ਨੂੰ ਇੱਕ ਗੱਲ ਹੋਰ ਨਹੀਂ ਸਮਝ ਆ ਰਹੀ ਵੀ ਹੁਣ ਬਿਲਡਰ ਦੀ ਗਰੀਡ ਕਿਦਾਂ ਵਧੀ ਹੋਈ ਆ ਬਿਲਡਰ ਨੇ ਤਾਂ ਉਹੀ ਪ੍ਰਾਈਸ ਤੇ ਵੇਚੇ ਸੀਗੇ ਜਿਹੜੇ ਪ੍ਰਾਈਸ ਤੇ ਤੁਸੀਂ ਐਗਰੀ ਕੀਤਾ ਸੀ ਹੁਣ ਜੇ ਅਪਰੇਜਲ ਨਹੀਂ ਆ ਰਹੀ ਮਾਰਕੀਟ ਡਾਊਨ ਕਰਕੇ ਤੇ ਇਹਦੇ ਵਿੱਚ ਬਿਲਡਰ ਗਰੀਡੀ ਹੋਇਆ ਜਾਂ ਆਪਾਂ ਗਰੀਡੀ ਹੋਏ ਜਿੰਨਾਂ ਨੇ ਘਰ ਬੁੱਕ ਕੀਤੇ ਹੋਏ ਨੇ ਕਿਉਂਕਿ ਬਿਲਡਰ ਨੇ ਤਾਂ ਪ੍ਰਾਈਸ ਘਰਾਂ ਦਾ ਚੱਕੇ ਹੀ ਨਹੀਂ ਲਾ ਆਪਾਂ ਨੂੰ ਇਹ ਗੱਲ ਕਹੀ ਗਈ ਆ ਵੀ ਤੁਸੀਂ ਐਕਸਟਰਾ ਪ੍ਰਾਈਸ ਦਵੋ ਹੁਣ ਤਾਂ ਇਹ ਹੋਇਆ ਵੀ ਅਪਰੇਜਲ ਨਹੀਂ ਆ ਰਹੀ ਅਪਰੇਜਲ ਇਸ ਕਰਕੇ ਨਹੀਂ ਆ ਰਹੀ ਕਿਉਂਕਿ ਮਾਰਕੀਟ ਡਾਊਨ ਗਈ ਆ ਖਾਸ ਕਰਕੇ ਇਹ ਗਰੀਡ ਬਿਲਡਰ ਦੀ ਨਹੀਂ ਹੈਗੀ ਇਹ ਆਪਣੇ ਲੋਕਾਂ ਦੀ ਗਰੀਡ ਆ ਜਿਹੜੇ ਇਨਵੈਸਟਰਸ ਤੇ ਰੀਅਲ ਏਸਟੇਟ ਏਜੰਟਸ ਨੇ ਉਹਨਾਂ ਦੇ ਵਿੱਚ ਪੰਪਿੰਗ ਪ੍ਰਾਈਸ ਦੀ ਬਹੁਤ ਜ਼ਿਆਦਾ ਹੋਈ ਸੀਗੀ ਤੇ ਵਿੱਚ ਜਿਹੜਾ ਪੈਸਾ ਉਹ ਹੈਗਾ ਜੀ ਫਰਸਟ ਟਾਈਮ ਹੋਮ ਬਾਏਰ ਮੈਨੂੰ ਇੰਨੀਆਂ ਕ ਕਾਲਾਂ ਆਉਂਦੀਆਂ ਜਿਦੇ ਵਿੱਚ ਉਹ ਬੰਦੇ ਆਕਰੋਂਦੇ ਨਹੀਂ ਤੇ ਇਹ ਗੱਲ ਕਹਿੰਦੇ ਨੇ ਵੀਰ ਜੀ ਸਾਤੋਂ ਘਰ ਫੋਰਡ ਹੀ ਨਹੀਂ ਹੁੰਦਾ ਸਾਡੇ ਕੋਲੋਂ ਡਾਊਨ ਪੇਮੈਂਟ ਹੀ ਨਹੀਂ ਹੈਗੀ ਜੇ ਆਪਾਂ ਘਰ ਫੋਰਡ ਨਹੀਂ ਕਰ ਸਕਦੇ ਤਾਂ ਬੁੱਕ ਵੀ ਕਿਉਂ ਕਰਾਉਣਾ ਮੈਂ ਤੇ ਆਪਾਂ ਨੂੰ ਇੱਕ ਵਾਰੀ ਮਾਰਕੀਟ ਦੀ ਸਟੱਡੀ ਵੀ ਕਰ ਲੈਣੀ ਚਾਹੀਦੀ ਹੈ ਵੀ ਫਾਈਨੈਂਸ਼ੀਅਲ ਫਾਈਨੈਂਸ਼ੀਅਲਸ ਆਪਣੇ ਅਲਾਉ ਕਰਦੇ ਨੇ ਇਸ ਇਨਵੈਸਟਮੈਂਟ ਨੂੰ ਜਾਂ ਨਹੀਂ ਕਰਦੇ ਇਹ ਸਟੈਪ ਬਾਈ ਸਟੈਪ ਕੰਮ ਕਰਨਾ ਚਾਹੀਦਾ ਵਾ ਇੱਕ ਦਿਨ ਦੇ ਵਿੱਚ ਬੰਦਾ ਕੋਈ ਮਿਲੀਨਰ ਨਹੀਂ ਬਣਦਾ ਹੁੰਦਾ ਏਦਾਂ ਦਾ ਵੀ ਟਾਈਮ ਸੀਗਾ ਜਦੋਂ ਬਿਲਡਰ ਜਿਹੜਾ ਹੈਗਾ ਕਰ ਓਪਨ ਵੀ ਨਹੀਂ ਕਰਦਾੰਦ ਸੀ ਉਹ ਤੋਂ ਪਹਿਲਾਂ ਵਰਕਸ਼ੀਟਸ ਪਾ ਕੇ ਸੋਲਡ ਆਊਟ ਹੁੰਦੇ ਸੀਗੇ ਐਂਡ ਤੇ ਮੈਂ ਇਹੀ ਕਹਿਣਾ ਚਾਹੁੰਦਾ ਮਾਂ ਜੀ ਇੱਕ ਪ੍ਰੋਪਰ ਨੋਲਜ ਫਾਈਨੈਂਸ਼ੀਅਲ ਮਾਰਕੀਟ ਦੀ ਤੇ ਇਨਵੈਸਟਮੈਂਟਸ ਦੀ ਬਿਲਕੁਲ ਜ਼ਰੂਰੀ ਆ ਜੇ ਆਪਾਂ ਇਨਵੈਸਟਮੈਂਟਸ ਲਈ ਆਪਾਂ ਇਨਵੈਸਟਰ ਬਣਿਆ ਹੋਇਆ ਤਾਂ ਪ੍ਰੋਪਰ ਮਾਰਕੀਟ ਦੀ ਨੋਲਜ ਨਾਲ ਨਾਲ ਪੜਨਾ ਨਾਲ ਨਾਲ ਮੈਂਟਰਸ਼ਿਪ ਕਿਸੇ ਤੋਂ ਲੈਣੀ ਜਾਂ ਫਿਰ ਆਪਣਾ ਓਦਾਂ ਦਾ ਸਰਕਲ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਇੱਕ ਮਾਰਕੀਟ ਬਾਰੇ ਸਾਰੀ ਨੌਲੇਜ ਮਿਲੇ ਆਪਾਂ ਨੂੰ ਬਾਕੀ ਤੁਸੀਂ ਆਪਣੇ ਸੁਝਾਅ ਜਰੂਰ ਦੱਸਿਓ ਜੀ ਕਮੈਂਟਸ ਦੇ ਵਿੱਚ ਜਰੂਰ ਲਿਖਿਓ